ਰਨਿੰਗ ਤੇ ਜਾਣ ਦਾ ਮੈਂ ਪਲਾਨ ਹੈਗਾ ਸੀ, ਪਰ ਸਿਆਣੇ ਕਹਿੰਦੇ ਨੇ ਵੀ ਹਰ ਇੱਕ ਕੰਮ ਟਾਈਮ ਨਾਲ ਕਰ ਲੈਣਾ ਚਾਹੀਦਾ ਤੇ ਲੇਟ ਨਾ ਕਰੋ, ਉਸੇ ਕਰਕੇ ਹੁਣ ਪਹਿਲਾਂ ਰੇਨ ਨਹੀਂ ਸੀ ਹੋ ਰਹੀ, ਹੁਣ ਰੇਨ ਆਉਣ ਲੱਗ ਗਈ ਹੈ ਤੇ ਹੁਣ ਮੈਂ ਰੋਜ਼ ਵੀ ਰੇਨ ਦੇ ਵਿੱਚ ਭੱਜਣ ਨਹੀਂ ਜਾ ਸਕਦਾ। ਓਕੇ, ਤੇ ਮੈਂ ਸੋਚਿਆ ਵੀ ਐਡਾ ਵੀ ਔਖਾ ਨਹੀਂ ਹੈ, ਜਾਇਆ ਜਾ ਸਕਦਾ। ਹਾਂਜੀ, ਅਤੇ ਹੁਣ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਤੁਹਾਡਾ ਅਤੇ ਆਪਣਾ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿਹੜੀਆਂ ਉਹ 5 ਜੋਬਸ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਨਵੇਂ ਸਟੂਡੈਂਟ ਵੀ ਹੋ। ਸੋ ਇਹ ਵੀਡੀਓ ਪਹਿਲਾਂ ਮੈਂ ਵੀਡੀਓ ਦਾ ਥੋੜ੍ਹਾ ਜਿਹਾ ਕੋਨਸੈਪਟ ਸਮਝਾ ਦਾਂ ਕਿ ਵੀਡੀਓ ਦੇ ਵਿੱਚ ਕੀ ਹੈ, ਕੀ ਹੋਏਗਾ ਵੀਡੀਓ ਦੇ ਵਿੱਚ। ਸੋ ਸਭ ਤੋਂ ਪਹਿਲਾਂ ਮੈਂ ਦੱਸ ਦਿੰਦਾ ਇਹ ਵੀਡੀਓ ਕਿਹਨੂੰ ਵੇਖਣੀ ਚਾਹੀਦੀ ਹੈ। ਸੋ ਇਹ ਵੀਡੀਓ ਸਭ ਤੋਂ ਪਹਿਲਾਂ ਤਾਂ ਜਿਹੜੇ ਆਸਟ੍ਰੇਲੀਆ ਦੇ ਵਿੱਚ ਨਿਊ ਸਟੂਡੈਂਟਸ ਆਏ ਨੇ ਉਹਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੋ ਸਕਦੀ ਹੈ, ਅਤੇ ਇੱਕ ਜਿਹੜੇ ਲੋਕ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਇਹ ਵੀਡੀਓ ਵੇਖ ਰਹੇ ਆ ਜੋ ਕਿ ਆਸਟ੍ਰੇਲੀਆ 'ਚ ਆਉਣਾ ਚਾਹੁੰਦੇ ਆ ਅਤੇ ਉਹ ਓਬਵੀਅਸਲੀ ਜੋਬਸ ਵੀ ਕਰਨਗੇ, ਅਤੇ ਉਹਨਾਂ ਲਈ ਵੀ ਇਹ ਵੀਡੀਓ ਬਹੁਤ ਜ਼ਿਆਦਾ ਹੈਲਪਫੁਲ ਹੋ ਸਕਦੀ ਆ। ਅਤੇ ਤੀਜੇ ਜਿਹੜੇ ਲੋਕ ਆਪਣੇ ਯਾਰ ਦੋਸਤ ਨੇ ਸਾਰੇ ਜਿਹੜੇ ਵੇਖ ਰਹੇ ਨੇ ਉਹਨਾਂ ਲਈ ਵੀ ਬਹੁਤ ਜ਼ਿਆਦਾ ਹੈਲਪਫੁਲ ਹੈ, ਕਿਉਂਕਿ ਉਹ ਇਹ ਵੀਡੀਓ ਨੂੰ ਅੱਗੇ ਐਡਵਾਈਸ ਦੇ ਸਕਦੇ ਆ ਜਿਹੜੇ ਵੀ ਉਹਨਾਂ ਦੇ ਰਿਲੇਟਿਵਸ ਜਾਂ ਫਰੈਂਡਸ ਜਿਹੜੇ ਵੀ ਆਉਣਗੇ। ਸੋ ਉਹ ਇਹ ਵੀਡੀਓ ਵੇਖ ਕੇ ਉਹਨਾਂ ਨੂੰ ਸਲਾਹ ਦੇ ਸਕਦੇ ਆ ਕਿ ਕਿਹੜੀਆਂ ਜੋਬਸ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਅਤੇ ਕਿਹੜੀ ਜੋਬਸ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਪੈਸਾ ਬਣਾ ਸਕਦੇ ਨੇ। ਅਤੇ ਇਹ ਵੀਡੀਓ ਮੈਂ ਮੁੰਡਿਆਂ ਅਤੇ ਕੁੜੀਆਂ ਦੋਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਈ ਹੈ ਕਿ ਜਿਹੜੀਆਂ ਵੀ 5 ਜੋਬਸ ਮੈਂ ਚੁਣੀਆਂ ਨੇ ਉਹਨਾਂ ਦੇ ਵਿੱਚ ਕੁੜੀਆਂ ਲਈ ਵੀ ਜੋਬਸ ਹੈਗੀਆਂ ਨੇ ਅਤੇ ਮੁੰਡਿਆਂ ਲਈ ਵੀ ਹੈਗੀਆਂ ਨੇ। ਅਤੇ ਜਿਹੜੀਆਂ ਜੋਬਸ ਮੈਂ ਸਿਲੈਕਟ ਕੀਤੀਆਂ ਨੇ ਉਹ ਪੇ ਦੇ ਅਕੋਰਡਿੰਗ ਮੈਂ ਦੱਸਾਂਗਾ ਕਿ ਜਿਹਦੀ ਪੇ ਸਭ ਤੋਂ ਜ਼ਿਆਦਾ ਹਾਇਰ ਹੋਏਗੀ ਉਹ ਮੈਂ ਸਭ ਤੋਂ ਅੱਗੇ ਲਾਈਏ ਅਤੇ ਜਿਹਦੀ ਸਭ ਤੋਂ ਘੱਟ ਹੋਏਗੀ ਪੇ ਉਹ ਜੋਬ ਮੈਂ ਸਭ ਤੋਂ ਲਾਸਟ ਦੇ ਵਿੱਚ ਲਾਈਏ। ਸੋ ਇਹਨਾਂ ਵਿੱਚੋਂ ਕੁਛ ਜੋਬਸ ਐਵੇਂ ਦੀਆਂ ਨੇ ਜਿਨ੍ਹਾਂ ਲਈ ਤੁਹਾਨੂੰ ਸਰਟੀਫਿਕੇਟ ਚਾਹੀਦਾ ਹੋਏਗਾ, ਕਿਸੇ ਲਈ ਇੱਕ ਦਿਨ ਦਾ ਚਾਹੀਦਾ ਹੈ ਅਤੇ ਕਿਸੇ ਜੋਬ ਨੂੰ ਲੈਣ ਲਈ ਤੁਹਾਨੂੰ ਕੁਛ ਮਹੀਨੇ ਵੀ ਲੱਗ ਸਕਦੇ ਨੇ ਉਹਦਾ ਸਰਟੀਫਿਕੇਟ ਲੈਣ ਲਈ। ਬਟ ਐਟ ਦਾ ਐਂਡ ਆਫ ਦਾ ਡੇ ਜੇ ਤੁਸੀਂ ਕਿਸੇ ਵੀ ਜੋਬ ਨੂੰ ਕਰਨ ਲਈ ਸਰਟੀਫਿਕੇਟ ਲੈਂਦੇ ਹੋ ਅਤੇ ਉਹ ਤੁਹਾਡੀ ਇੱਕ ਲਾਈਫ ਟਾਈਮ ਬੈਕਅਪ ਪਲਾਨ ਬਣ ਜਾਂਦਾ, ਤੁਸੀਂ ਉਸ ਜੋਬ ਨੂੰ ਜਿੰਨਾ ਚਿਰ ਮਰਜ਼ੀ ਚਾਹੋ ਉਨਾ ਚਿਰ ਕਰ ਵੀ ਸਕਦੇ ਹੋ। ਅਤੇ ਮਤਲਬ ਕਿ ਉਹ ਸਰਟੀਫਿਕੇਟ ਦੇ ਨਾਲ ਫਿਰ ਇਹ ਨਹੀਂ ਹੈਗਾ ਕਿ ਉਹ ਸਰਟੀਫਿਕੇਟ ਐਕਸਪਾਇਰ ਹੋ ਜਾਏਗਾ, ਜੇ ਤੁਹਾਡੇ ਕੋਲ ਕੋਈ ਸਰਟੀਫਿਕੇਟ ਹੈਗਾ ਵਾਈਟ ਕਾਰਡ ਏਜ ਕੇਅਰ ਨੂੰ ਲੈ ਕੇ ਤਾਂ ਤੁਸੀਂ ਉਸ ਸਰਟੀਫਿਕੇਟ ਦੇ ਨਾਲ ਉਸ ਜੋਬ ਨੂੰ ਲਾਈਫ ਟਾਈਮ ਵੀ ਹੈਗਾ ਕਰ ਸਕਦੇ ਹੋ, ਕਿਉਂਕਿ ਇਹ ਸਾਰੀਆਂ ਜੋਬਸ ਜਿਹੜੀਆਂ ਮੈਂ ਤੁਹਾਨੂੰ ਹੁਣ ਦੱਸਣ ਲੱਗਾ ਵਾਂ ਇਹ ਜੋਬਸ ਬਹੁਤ ਜ਼ਿਆਦਾ ਵਧੀਆ ਪੇ ਕਰਦੀਆਂ ਨੇ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਆਪਣੀ ਪਹਿਲੀ ਜੋਬ ਦੇ ਨਾਲ ਜੋ ਕਿ ਹੈ ਟ੍ਰੈਫਿਕ ਕੰਟਰੋਲਰ ਦੀ ਜੋਬ। ਸੋ ਟ੍ਰੈਫਿਕ ਕੰਟਰੋਲਰ ਦੀ ਜੋਬ ਦੇ ਲਈ ਸਭ ਤੋਂ ਪਹਿਲਾਂ ਆਪਾਂ ਰਿਕੁਆਇਰਮੈਂਟਸ ਵੇਖ ਲੈਂਦੇ ਹਾਂ ਕਿ ਰਿਕੁਆਇਰਮੈਂਟਸ ਕੀ ਨੇ। ਸੋ ਅਤੇ ਫਿਰ ਮੈਂ ਤੁਹਾਨੂੰ ਜੋਬ ਵੀ ਐਕਸਪਲੇਨ ਕਰਾਂਗਾ ਕਿ ਜੋਬ ਕੀ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਟ੍ਰੈਫਿਕ ਕੰਟਰੋਲਰ ਦੀ ਜੋਬ ਲੈਣ ਲਈ ਤੁਹਾਨੂੰ ਕੰਸਟਰਕਸ਼ਨ ਦੇ ਲਈ ਤੁਹਾਨੂੰ ਇੱਕ ਵਾਈਟ ਕਾਰਡ ਅਪਲਾਈ ਕਰਨਾ ਪੈਂਦਾ, ਉਹ ਔਨਲਾਈਨ ਹੋ ਜਾਂਦਾ 1 ਤੋਂ 2 ਦਿਨ ਦੇ ਵਿੱਚ, ਜਾਂ ਤੁਸੀਂ ਉੱਦਾਂ ਵੀ ਜਾ ਕੇ ਕਲਾਸ ਲਾ ਸਕਦੇ ਹੋ। ਅਤੇ ਟ੍ਰੈਫਿਕ ਕੰਟਰੋਲਰ ਦੀ ਜੋਬ ਮੈਂ ਲਿਟਲ ਬਿਟ ਤੁਹਾਨੂੰ ਐਕਸਪਲੇਨ ਕਰ ਦੇਣਾ, ਇਹ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਹੁੰਦੀ ਹੈ। ਹੁਣ ਜੇ ਕਿਤੇ ਵੀ ਕੰਸਟਰਕਸ਼ਨ ਚੱਲਣ ਦੀ ਹੈ ਉੱਥੇ ਉਹਨਾਂ ਨੂੰ ਟ੍ਰੈਫਿਕ ਕੰਟਰੋਲਰ ਦੀ ਲੋੜ ਪੈਂਦੀ ਹੈ, ਜੋ ਕਿ ਗੱਡੀਆਂ ਨੂੰ ਮਤਲਬ ਕਿ ਇੱਕ ਡਾਇਰੈਕਸ਼ਨ ਦੇ ਸਕੇ ਅਤੇ ਇੱਕ ਗੱਡੀਆਂ ਨੂੰ ਰੋਕ ਸਕੇ, ਸਲੋਅ ਕਰ ਸਕੇ। ਉਹ ਉੱਥੇ ਬੋਰਡ ਫੜ ਕੇ ਖੜ੍ਹੇ ਹੁੰਦੇ ਨੇ ਸਟੋਪ ਜਾਂ ਸਲੋਅ ਡਾਊਨ ਦਾ। ਸੋ ਇਹਦੀ ਪੇ ਜਿਹੜੀ ਉਹ $30 ਪਲੱਸ ਹੁੰਦੀ ਹੈ, ਉਹ ਡਿਪੈਂਡ ਕਰਦਾ ਹੈ ਵੈਰੀਅਸ ਕੰਪਨੀ ਦੇ ਉੱਤੇ, ਜਿਹੜੀ ਵੀ ਕੰਪਨੀ ਨਾਲ ਤੁਸੀਂ ਜੋਬ ਕਰਦੇ ਹੋ ਉਹ ਤੁਹਾਨੂੰ ਵੱਖਰੇ ਵੱਖਰੇ ਤਰੀਕੇ ਦੇ ਰੇਟ ਪ੍ਰੋਵਾਈਡਸ ਕਰਦੇ ਨੇ। ਅਤੇ ਜਿਹੜੀ ਟ੍ਰੈਫਿਕ ਕੰਟਰੋਲਰ ਦੀ ਜੋਬ ਹੈ ਉਹ ਮੁੰਡੇ ਅਤੇ ਕੁੜੀਆਂ ਦੋਵਾਂ ਦੇ ਵਿੱਚੋਂ ਕੋਈ ਵੀ ਕਰ ਸਕਦਾ ਹੈ। ਮੈਂ ਕੁੜੀਆਂ ਵੀ ਬਹੁਤ ਸਾਰੀਆਂ ਵੇਖੀਆਂ ਨੇ ਜੋ ਕਿ ਟ੍ਰੈਫਿਕ ਕੰਟਰੋਲਰ ਦੀ ਜੋਬ ਕਰਦੀਆਂ ਨੇ, ਅਤੇ ਮੁੰਡੇ ਵੀ ਬਹੁਤ ਸਾਰੇ ਕਰਦੇ ਨੇ। ਅਤੇ ਇਸ ਦੇ ਨਾਲ ਆਪਾਂ ਸਟਾਰਟ ਕਰਦੇ ਹਾਂ ਆਪਣੀ ਦੂਜੀ ਜੋਬ। ਦੂਜੀ ਜੋਬ ਜਿਹੜੀ ਕਿ ਜ਼ਿਆਦਾਤਰ ਮੁੰਡੇ ਕਰਦੇ ਨੇ ਉਹ ਹੈ ਫੋਕਲਿਫਟ ਡਰਾਈਵਰ ਦੀ ਜੋਬ। ਇਹਦੇ ਲਈ ਤੁਹਾਨੂੰ 1 ਦਿਨ ਦਾ ਕੋਰਸ ਕਰਨਾ ਪੈਂਦਾ, 1 ਦਿਨ ਦਾ ਕੋਰਸ ਕਰਕੇ ਤੁਹਾਨੂੰ ਫੋਕਲਿਫਟ ਡਰਾਈਵਰ ਦੀ ਟਿਕਟ ਮਿਲ ਜਾਂਦੀ ਆ। ਉਸ ਤੋਂ ਬਾਅਦ ਤੁਹਾਨੂੰ ਫੋਕਲਿਫਟ ਡਰਾਈਵਰ ਦੀ ਜੋਬ ਵੀ ਈਜ਼ੀਲੀ ਲੱਗ ਜਾਂਦੀ ਹੈ, ਕਾਫੀ ਡਿਮਾਂਡ ਦੇ ਵਿੱਚ ਇਹ ਵਾਲੀ ਜੋਬ ਹੈਗੀ ਹੈ। ਅਤੇ ਫੋਕਲਿਫਟ ਡਰਾਈਵਰ ਦੀ ਜੋਬ ਨੂੰ ਜੇ ਮੈਂ ਐਕਸਪਲੇਨ ਕਰਾਂ ਤਾਂ ਜ਼ਿਆਦਾਤਰ ਵੇਅਰ ਹਾਊਸਿਸ ਦੇ ਵਿੱਚ ਪੈਲਟਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਮੂਵ ਕਰਨ ਦੇ ਵਿੱਚ ਜਾਂ ਟਰੱਕ ਲੋਡ ਕਰਨ ਦੇ ਵਿੱਚ ਇਹ ਵਾਲੀ ਜੋਬ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ। ਸੋ ਇਹ ਵਾਲੀ ਜੋਬ ਮਿਲ ਵੀ ਈਜ਼ੀਲੀ ਜਾਂਦੀ ਹੈ, ਅਤੇ ਇਹਦੀ ਜਿਹੜੀ ਪੇ $22 ਤੋਂ ਲੈ ਕੇ $30 ਦੇ ਬਿਟਵੀਨ ਹੁੰਦੀ ਹੈ। ਉਹ ਵੀ ਕੰਪਨੀਸ 'ਤੇ ਡਿਪੈਂਡ ਕਰਦੀ ਹੈ ਕਿ ਕਿਹੜੀ ਕੰਪਨੀ ਦੇ ਨਾਲ ਤੁਸੀਂ ਜੋਬ ਕਰਦੇ ਹੋ, ਕਿਉਂਕਿ ਹਰ ਕੰਪਨੀ ਦਾ ਪੇ ਰੇਟ ਵੱਖਰਾ ਹੁੰਦਾ। ਜਿਹੜੀ ਜੋਬ ਹੈ ਉਹ ਥੋੜ੍ਹੇ ਜਿਹੇ ਯੰਗ ਮੁੰਡੇ ਕੁੜੀਆਂ ਲਈ ਹੈ ਜਿਹੜੇ ਕਿ 20 ਸਾਲਾਂ ਤੋਂ ਥੱਲੇ ਹੁੰਦੇ ਨੇ, ਅਤੇ ਇਸ ਜੋਬ ਦੇ ਲਈ ਤੁਹਾਨੂੰ ਕੋਈ ਵੀ ਸਰਟੀਫਿਕੇਟ ਨਹੀਂ ਚਾਹੀਦਾ। ਬਸ ਹਾਂ, ਇੱਕ ਰਿਕੁਆਇਰਮੈਂਟ ਹੈ ਕਿ ਤੁਹਾਡੀ ਇੰਗਲਿਸ਼ ਵਧੀਆ ਹੋਣੀ ਚਾਹੀਦੀ ਹੈ। ਸੋ ਜੇ ਤੁਸੀਂ ਨਵੇਂ ਆਏ ਹੋ ਅਤੇ ਤੁਹਾਡੀ ਏਜ 20 ਸਾਲ ਤੋਂ ਥੱਲੇ ਵੇ ਤਾਂ ਤੁਹਾਨੂੰ ਮੈਕਡੋਨਲਡਸ ਹੰਗਰੀ ਜੈਕਸ ਦੇ ਵਿੱਚ ਈਜ਼ੀਲੀ ਜੋਬ ਮਿਲ ਜਾਂਦੀ ਹੈ, ਅਤੇ ਉਹਨਾਂ ਦੀ ਪੇ ਵੀ ਠੀਕ ਹੁੰਦੀ ਹੈ। ਆਈ ਥਿੰਕ ਬਿਟਵੀਨ $70 ਤੋਂ ਲੈ ਕੇ $22 ਤੱਕ ਹੁੰਦੀ ਹੈ, ਅਤੇ ਜਦੋਂ ਫਿਰ ਤੁਹਾਡੀ ਜੇ ਏਜ 20 ਤੋਂ ਟੱਪ ਜਾਂਦੀ ਹੈ ਫਿਰ ਉਹਨਾਂ ਦੀ
फिर उन्हों का पे रेट होर भी बढ़ जाता है। सो इस जॉब के लिए सिर्फ तुहाडी इको रिक्वायरमेंट ये कि तुहानू इंटरव्यू दे विच पुछदे ने तो तुहाडी इंग्लिश थोड़ी जी वधिया होनी चाहिए, मतलब कि तुसी फ्लूएंट होनी चाहिए हो इंग्लिश दे विच। तो जे तो उसी इंग्लिश दे विच फ्लूएंट हैगे हो तुहानू कोई किसी भी सर्टिफिकेट की लोड़ नहीं पैंदी, तो तुहानू ईजली ये जॉब लग जाती है। तो चौथे नंबर पर जिहड़ी जॉब आउंदी है जी वह आउंदी है अपनी एज केयर की जॉब। इस जॉब नू करन दे लई तुहानू एक इंडिविजुअल स्पोर्ट दे विच सर्टिफिकेट 3 करना पैंदा है, जिहदी कि अजकल उन्होंने रूल्स चेंज करते आ। पहलां इहदे विच सिर्फ 1-2 महीने लगदे हुंदे सी, पर हुण तुहानू इह 6 मंथस का कोर्स हुंदा। बट इहदे विच की हुंदा है कि जे तुसी एक करिए कोर्स कर लैंदे हो सर्टिफिकेट 3, फिर तुहानू जॉब्स दी जॉब्स बहुत ईजली मिल जाती है। तो इस इंडस्ट्री दे विच मोस्टली कुड़ियां जॉब करदियां ने एज केयर दी इंडस्ट्री दे विच। इहदे नाल की हुंदा कि जिहड़े भी बुढ़े लोग हुंदे ने ऑस्ट्रेलिया दे विच, हुण जिहड़ी बुढ़े लोगों की पॉपुलेशन बहुत ज़्यादा वध गई है, तो इहदे नाल नाल उन्हां नूं केयर दे लई एक वक्खरे बुढ़िया दे लई एज केयर होम्स उन्हां बनाए हुंदे ने। तो उहदे विच उन्हां नूं हैल्प करन लई, उन्हां नूं खाणा खवाउण लई, दवाइयां देण दे लई जां जो कुछ भी करन लई उन्हां नूं इंप्लॉइज दी लोड़ हुंदी है। तो वह आ वाली जॉब है एज केयर की जॉब। सो मोस्टली ये कुड़ियां ही काम कर दियां ने, ते इहदा जिहड़ा पे रेट है वह बहुत ज़्यादा वधिया हुंदा है। इहदा पे रेट 26 तो स्टार्ट हो के वीकेंड दे विच तुहानूं 40 ते $50 पर आवर भी मिल जाता है। सो इस जॉब का सब तो वड्डा बेनीफिट की है, इस जॉब नू न्यू स्टूडेंट्स की कैटेगरी दे विच इसलिए पाया क्योंकि पहली गल तो ये तुहानूं जे तुसी किसी भी एजेंसी नाल काम करना स्टार्ट करते हो तो तुहानूं किसी भी एक्सपीरियंस की लोड़ नहीं होंगी। सो एजेंसी के नाल ओबियसली तुसी उन्हां नूं कह सकते हो भी हाँ मैं काम किया, बट तुहानूं जॉब ईजली एजेंसी के नाल मिल जाती है। तो एजेंसी का पे रेट जे तुसी किसी फुल टाइम जॉब करते हो तो उहदे नालों बहुत वधिया हुंदा है, फुल टाइम या पार्ट टाइम, क्योंकि स्टूडेंट सिर्फ पार्ट टाइम काम कर सकते हैं। सो पार्ट टाइम जॉब नालों एजेंसी बहुत ज़्यादा बैटर पे करती है। तो हुण आ गए जी आपां अपनी पंजवीं जॉब के उत्ते। पंजवीं जॉब जिहड़ी अपनियां क्लीनिंग जॉब्स ने। सो इस जॉब नूं मैं एंड दे विच ते रख्या, बट इहदा मतलब ये नहीं गा कि इहदा पे रेट हुण जिवें सब तो ही ज़्यादा घट है। इहदा जॉब एक्चुअल दे विच मैनूं कैटेगराइज़ करना पिया क्योंकि पर इहदा पे रेट तुहानूं मैकर्स नालों हुण इहदा पे रेट डिपेंड करता कि तुसीं किहड़ी कंपनी दे नाल काम करदे हो। हुण फॉर एग्जाम्पल जे तुसीं कई कंपनीज़ हैगियां ने हुण करोना वायरस दे विच, जे तुसीं सैनिटाइजिंग दा काम करदे हो या ट्रेन स्टेशन के उत्ते क्लीनिंग का काम करते हो तो वह जोड़ा पे रेट है वह $25 तो स्टार्ट होकर तो वीकेंड के $40 तक हों। तो वाला बेनीफिट ये भी है कि ये तो किसी भी सर्टिफिकेट की लड़ नहीं होंगी, तुम सीधा जाके किसी एजेंसिया रिक्रूट हो सकते हो, तो उस तो बाद एजेंसी नाल रिक्रूट हो सकते हो तो या तो ही स्ट्रेट वे भी कंपनियां नाल ए वाली जॉब कर सकते हो। ओबियसली ये जॉब कोई भी नवा स्टूडेंट आके कर सकता है, बट ये सिर्फ की होंदा कि तुहानू एजेंसी दे विच जाके अप्लाई करना पैंदा, डिफरेंट कंपनी दे नाल जाके अप्लाई करना पैंदा। तो ये जॉब्स भी ईजली स्टूडेंट नू लग जाती है, तो इहदा पे रेट भी बहुत ज़्यादा वधिया है, किसी भी सर्टिफिकेट की लोड़ नहीं होंगी। तो जिहड़ियां क्लीनिंग्स दीआं जॉब ने वो कंपनी तो कंपनी पर डिपेंड करता कि तुहाडा पे रेट की है। हुण ओबियसली हुण बहुत सारी तरह की क्लीनिंग होंदी है, ऑफिस क्लीनिंग होंदी है, घरां दी रेजिडेंशियल क्लीनिंग होंदी है, एंड ऑफ लीज क्लीनिंग होंदी है, ट्रेन स्टेशनों के उत्ते क्लीनिंग होंदी है, अजकल हुण करोना वायरस करके सैनिटाइजेशन स्टेशनों के उत्ते होंदी है। सो सब तो बेनीफिशियल जिहड़ी क्लीनिंग मेरे हिसाब नाल हैगी है, ते उहदा पे रेट तुहाडी कंपनी टू कंपनी भी डिपेंड करता है। बट जे तुसी ट्रेन स्टेशनों के उत्ते क्लीनिंग का काम करते हो तो उहदा पे रेट सब तो ज़्यादा वधिया हुंदा है। उस तो बाद जी अपनी ऑफिस क्लीनिंग या रेजिडेंशियल क्लीनिंग आ जाती है, एंड ऑफ द लीज क्लीनिंग आ जाती है, सो उन्होंने पे रेट थोड़े जे घट होंगे ने। बट आई वुड रिकमेंड कि जे तुसी नवे स्टूडेंट हो तो ट्रेन स्टेशनों के अजकल जिवें करोना वायरस का टाइम है, सैनिटाइजिंग का या काम बहुत ज़्यादा वधिया है। तो ईवन कि करोना वायरस तो बाद भी जदों ये करोना वायरस खत्म हो जाएगा उस तो बाद भी ट्रेन स्टेशनों के उत्ते ट्रेना की क्लीनिंग का तो स्टेशन की क्लीनिंग का काम होंदा ही होंदा है। तो उन्हों का पे रेट भी बिटवीन 25 तो स्टार्ट होकर 40 तक वीकेंड के उत्ते होंदा। सो ये भी एक बहुत वधिया ओपरचुनिटी आ नवे आए स्टूडेंट्स लिए जे वो कोई जॉब लभना चाहते हैं। तो हाँ जी, तो हुण वीडियो के एंड दे विच मैं तुहानूं टिप दसांगा जिहड़ी कि तुहाडी जॉब्स लभण दे विच ते तुहाडी ते किहड़ियां चीज़ां तुहानूं अवॉइड करनियां चाहीदियां ने जदों तुसीं बिल्कुल नवें नवें हुंदे हो। तो सब तो पहली गल जिहड़ी इह वे जी, जे तुसीं किते भी आई नो जदों बंदा नवां हुंदा उहने कम उहनूं इह हुंदा कि मेरा एक वारी आई चलाई स्टार्ट हो जाए। बट मैं रिकमेंड करांगा जिन्ना तुसीं बाहर जाओगे, जिन्ना तुसीं अपने आप नूं बाहर जाके रिज्यूमे दे के लोकां नाल गल करके जॉब लभण दी ट्राई करोगे तो तुहानूं जॉब लग ही जाएगी। एवें कदी नहीं हुंदा कि हाँ तुहानूं जॉब ही ना लगे, बट
गल की है, मैं ये रिकमेंड करा कि कभी भी घट पे रेट के उत्ते काम ना करो अपने देसियों नाल। आई नो ये हूँ मैं अपने लोगों तो बचन की थोड़ी ट्राई करा क्योंकि मोस्टली जिन्हें भी नवे स्टूडेंट्स होंगे ने वह आ के अपनी होस्पिटैलिटी इंडस्ट्री जी रेस्टोरेंटा के मोस्टली लोगों काम मिलता है तो वह उ अपना काम स्टार्ट करते हैं। बट उ ही अपने जोड़े पुराने लोग होंगे ने सब तो ज़्यादा उन्होंने फायदा चुकते हैं। सो मेरी तू एक जी सलाह यह वे कि कभी भी घट पे रेट के उत्ते उन्होंने काम ना करो। उस तो ज़्यादा वधिया ये वे कि गोरियां दे रेस्टोरेंट च जाए काम लभन की ट्राई करो। जे तुसी नवे नवे आए हो उत्थे जा के रिज्यूमे दो उन्हां नाल गलबात करो तुहानूं जॉब भी लगेगी तुहानूं पे रेट भी वधिया मिलेगा। सो जे तुहानूं अज दी वीडियो तो थोड़ी जी भी इनफोरमेशन मिली है तो तुहानूं लगता है कि तुसी इस इनफोरमेशन नूं यूज़ कर सकते हो अपनी लाइफ दे विच ते चैनल नूं सबसक्राइब कर दिओ ते वीडियो नूं लाइक कर दिओ। जे तुहाडे कोई भी सजैशनस ने जां तुहाडी कोई भी क्वेश्चन ने तुसी ओह कमेंटां दे विच पुछ सकते हो। तो होर इनफॉर्मेशन लिए मेरी दूजिया वीडियोज़ भी जाके चैक कर सकते हो। तो मैं तुहानू मिलना वा नैक्सट वीडियो दे विच।